पिछले दिन सुल्तानपुर लोधी विच पुलिस ने निहंग सिंघां दी छावनी उत्ते तावा बोल दिता सी। इसे दौरान हुई फायरिंग विच एक पुलिस वाला भी मारिया गया। ते इस रोस वजो अकालियां ते श्रोमणी कमेटी ने सांझे तौर उत्ते एक मोर्चा लाया होया, जिस नूं हुण 16 दिन हो चुके ने। जो अकाली दल ते श्रोमणी कमेटी वाले बरगाड़ी घटना वेले चुप रहे, जो अखौती पंथक सियासी पार्टियां बहबल कलां गोलीकांड मौके चुप रहीआं, अज उह आख रहीआं हन कि जदों तक गोली चलाउण वालिआं खिलाफ कार्रवाई नहीं हुंदी असीं मोर्चा जारी रखांगे। वाहिगुरु जी का खालसा, वाहिगुरु जी का फतेह। बड़ी मंदभागी गल है कि सरकार ने पुलिस नूं उत्थे भेजिआ। सानू ये विषय ना नहीं कोई गल है कि वह किहदी जगह वा जां किहदा कब्जा ना, उहदे नाल सानू मसला नहीं। सानू तो यह आ कि गुरद्वारा साहब दे विच आ के इन्नियां फौजां चढ़ा के पुलिस दीआं, तो उत्थे गोलियां चढ़ाईआं, सने जुत्तियां, सने बूटां, सने उत्थे गुरद्वारा साहब दे आ के उन्होंने बेअदबी की आ। इस करके उदन तो यह रोस धरने शुरू आ कि जिहड़े सरकार ने गलत काम किया, इह सरकार ते जां हुण जिहड़ा मुख्यमंत्री आ जां इहदा कोई महकमा वा होम दा, ते उहनां ते परचा होना चाहीदा। इह जिहड़ा काम गलत किया वा, साडी मंग इह आ ਵੀ ਮੁੱਖ ਮੰਤਰੀ ਅਤੇ ਜੇ ਜਿਹੜਾ ਹੋਮ ਦਾ ਵਿਭਾਗ ਹੈ ਇਹਨਾਂ 'ਤੇ ਪਰਚਾ ਹੋਣਾ ਚਾਹੀਦਾ। ਇਹਨਾਂ ਪੁਲਿਸ ਅੰਦਰ ਕਿਉਂ ਵਾੜੀ ਗੁਰੂ ਘਰ ਦੇ ਵਿੱਚ ਬੇਅਦਬੀ ਕੀਤੀ ਇਹਨਾਂ ਨੇ? ਇਹ ਕਰਕੇ ਧਰਨੇ 'ਤੇ ਬੈਠੇ ਹਾਂ, ਜਿੰਨਾ ਚਿਰ ਇਹ ਸਾਨੂੰ ਇਨਸਾਫ ਨਹੀਂ ਮਿਲਦਾ ਉਨਾ ਚਿਰ ਅਸੀਂ ਇਹ ਧਰਨੇ ਇਸ ਕਰਕੇ ਦੇ ਰਹੇ ਹਾਂ। ਬਹੁਤ ਹੀ ਅਖਬਾਰਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਅਖਬਾਰਾਂ ਦੇ ਵਿੱਚ ਬਹੁਤ ਇਹ ਗੱਲ ਚੁੱਕੀ ਕਿ ਜਿਹੜੀ ਇਹ ਗੋਲੀ ਚੱਲੀ ਆ ਇਹ ਭਗਵੰਤ ਮਾਨ ਦੇ ਹੁਕਮ ਨਾਲ ਚੱਲੀ ਆ ਅਤੇ ਉਹਦੇ ਉੱਤੇ ਪਰਚਾ ਹੋਣਾ ਚਾਹੀਦਾ। ਜਿਸ ਤਰ੍ਹਾਂ ਇਹ ਪਹਿਲੇ ਸਮੇਂ ਦੇ ਵਿੱਚ ਇਹ ਕਹਿੰਦਾ ਸੀ ਕਿ ਜੇ ਗੋਲੀ ਚੱਲਦੀ ਆ ਅਤੇ ਮੁੱਖ ਮੰਤਰੀ ਦੇ ਹੁਕਮ ਨਾਲ ਚੱਲਦੀ ਆ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 'ਤੇ ਜਾਂ ਗੈਰ ਮੰਤਰੀ 'ਤੇ ਜਿਹੜਾ ਵਾ ਗੋਲੀ ਚਲਾਉਣ ਦਾ ਹੁਕਮ ਦੇਣ 'ਤੇ ਪਰਚਾ ਹੋਣਾ ਚਾਹੀਦਾ। ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਇਹ ਜਿਹੜੀ ਗੋਲੀ ਚੱਲੀ ਆ ਸਾਡੇ ਗੁਰੂ ਧਾਮਾਂ ਦੀ ਬੇਅਦਬੀ ਇਹਨਾਂ ਨੇ ਕੀਤੀ ਆ, ਇਹਦਾ ਪਰਚਾ ਜਿਹੜਾ ਵਾ ਮੁੱਖ ਮੰਤਰੀ 'ਤੇ ਹੋਣਾ ਚਾਹੀਦਾ, ਕਿਉਂਕਿ ਗ੍ਰਹਿ ਵਿਭਾਗ ਵੀ ਉਹਦੇ ਕੋਲ ਅਤੇ ਮੁੱਖ ਮੰਤਰੀ 'ਤੇ ਵੀ ਹੋਵਿਆ। ਅਸੀਂ ਇੱਕੋ ਇੱਕ ਮੰਗ ਕਰਦੇ ਹਾਂ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਾ ਮਿਲਿਆ ਉਨਾ ਚਿਰ ਤੱਕ ਇਹ ਧਰਨੇ ਜਿਹੜੇ ਜਾਰੀ ਰਹਿਣਗੇ। ਗੋਲੀ ਕਿੰਨੇ ਚਲਾਈ, ਗੋਲੀ ਚਲਾਉਣ ਦਾ ਆਰਡਰ ਕਿੰਨੇ ਦਿੱਤਾ, ਜਿੰਨਾ ਚਿਰ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਦਾ ਅਤੇ ਉਨਾ ਚਿਰ ਤੱਕ ਜਿਹੜੀ ਆ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਧਰਨੇ ਜਾਰੀ ਰਹਿਣਗੇ।